ਕਾਦੀ ਯਾਰੀ ਐਸੀ ਸੱਜਣਾ ਦੀ ਪੰਜੇ ਵਕਤ ਤਾਂ ਪੈਸਾ ਵੱਟ ਜਾਂਦਾ ਤਾਂਹੀਓ ਚਮਕੀਲਾ ਡਰਦਾ ਨਹੀਂ ਗੱਲਾਂ ਖਰੀਆਂ ਖਰੀਆਂ ਕਰ ਜਾਂਦਾ ਭਾਵੇਂ ਲੋਕੀ ਮਾੜਾ ਕਹਿੰਦੇ ਨੇ ਸਿਰ ਨੀਵਾ ਕਰਕੇ ਸਭ ਦੀ ਜਰ ਜਾਂਦਾ ਸ਼ਾਹੂਕਾਰ ਦਾ ਕਰਜ਼ਾ ਮਾੜਾ ਏ ਤੇ ਟੱਕਰ ਬੁਰੀ ਸਰਦਾਰਾਂ ਦੀ ਉਹ ਜੱਟ ਦੀ ਦੁਸ਼ਮਣੀ ਸਿਰ ਮੰਗਦੀ ਜਿੰਦ ਮੰਗਦੀ ਯਾਰੀ ਯਾਰਾਂ ਦੀ ਸੋ ਗੱਲ ਕਰਾਂਗੇ ਅਮਰ ਸਿੰਘ ਚਮਕੀਲਾ ਹੋਰਾਂ ਦੀ ਅਮਰ ਸਿੰਘ ਚਮਕੀਲਾ ਹੋਰਾਂ ਦੇ ਸਤਰਾਂ ਨੇ ਅਮਰ ਸਿੰਘ ਚਮਕੀਲਾ ਮੋਰੀ ਅਮਰ ਆਵਾਜ਼ਾਂ ਦਾ ਆਪ ਲਖਾਰੀ ਆਪ ਗਵਈਆ ਧਣੀ ਸੀ ਸਾਜਾਂ ਦਾ ਅਮਰ ਜੋਤ ਨਾਲ ਚੜ੍ਹ ਸਟੇਜ ਨੂੰ ਖੂਬ ਸਜਾ ਜਾਂਦਾ ਵਿੱਚ ਅਖਾਣਾ ਦੇ ਉਹ ਸਾਰਾ ਗਾਣਾ ਗਾ ਜਾਂਦਾ ਸੋ ਗੱਲ ਕਰਦੇ ਹਾਂ ਅੱਜ ਅਮਰ ਸਿੰਘ ਚਮਕੀਲਾ ਇੱਕ ਐਸਾ ਨਾਮ ਜਿਸ ਨੇ ਵੱਡੀਆਂ ਪੈੜਾਂ ਮਾਰੀਆਂ ਪੰਜਾਬੀ ਸੰਗੀਤ ਦੇ ਵਿੱਚ ਪੰਜਾਬੀ ਗੀਤਕਾਰੀ ਦੇ ਵਿੱਚ ਅੱਜ ਵੀ 34 ਸਾਲਾਂ ਬਾਅਦ ਵੀ ਉਸਨੂੰ ਉਸੇ ਤਰ੍ਹਾਂ ਸੁਣਿਆ ਜਾਂਦਾ ਹੈ ਪ੍ਰਸ਼ੰਸਕਾਂ ਵੱਲੋਂ ਚਾਹੁਣ ਵਾਲਿਆਂ ਵੱਲੋਂ ਜਿਸ ਤਰ੍ਹਾਂ 34 ਸਾਲ ਪਹਿਲਾਂ ਉਹਨਾਂ ਨੂੰ ਸੁਣਿਆ ਜਾਂਦਾ ਸੀ ਸੋ ਬਹੁਤੀਆਂ ਗੱਲਾਂ ਨਾ ਕਰਦਿਆਂ ਹੋਇਆਂ ਗੱਲ ਕਰਦੇ ਹਾਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜ਼ਿਲ੍ਹਾ ਲੁਧਿਆਣੇ ਦੀ ਬੁੱਕਲ 'ਚ ਵਸਿਆ ਹੈ ਪਿੰਡ ਹੈ ਦੁਗਰੀ ਜੋ ਕਿ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਗਿਆ ਹੈ ਪੰਜ ਜਮਾਤਾਂ ਪੜ੍ਹ ਸਕੂਲ 'ਚ ਮਾਸਟਰ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਵਾਲਾ ਧਨੀ ਰਾਮ 6ਵੀਂ ਪਾਸ ਨਾ ਕਰ ਸਕਿਆ ਕਿਉਂਕਿ ਸਿਆਣੇ ਆਖਦੇ ਨੇ ਚਿੱਤ ਪਿਆ ਕਰਾਲੀ ਮੈਂ ਕਿੱਥੇ ਲਿਆ ਬਠਾਲੀ ਚਮਕੀਲਾ ਸ਼ਬਦ ਜੋੜਾਂ ਦੀ ਖੇਡ ਖੇਡਣਾ ਚਾਹੁੰਦਾ ਸੀ ਇਸ ਦੀ ਸੋਚ ਬਚਪਨ ਤੋਂ ਹੀ ਉੱਚੀਆਂ ਉਡਾਰੀਆਂ ਲਾਉਂਦੀ ਸੀ ਆਣੀਆਂ ਨਾਲ ਰਲ ਕੇ ਨਗਰ ਸੁਧਾਰ ਸਮਾਜ ਸੇਵਾ ਸਭਾ ਬਣਾਈ ਤੇ ਬਾਅਦ ਵਿੱਚ ਪਿੰਡ ਦੀ ਧਰਮਸ਼ਾਲਾ ਤੇ ਰਵਿਦਾਸ ਮੰਦਿਰ ਦੀ ਵੀ ਉਸਾਰੇ ਸਭ ਰਲ ਮਿਲ ਕੇ ਇਹ ਧਾਰਮਿਕ ਕੰਮ ਕਰਦੇ ਜਿਨ੍ਹਾਂ 'ਚ ਚਮਕੀਲਾ ਮੁੱਖ ਰੋਲ ਨਿਭਾਉਂਦਾ ਸੀ ਇੱਥੋਂ ਹੀ ਚਮਕੀਲੇ ਨੂੰ ਕਲਾ ਨਿਖਾਰਨ ਦਾ ਮੌਕਾ ਮਿਲਿਆ ਦਲਜੀਤ ਤੁਰਕੋਟੀ ਦੇ ਨਾਨਕੇ ਸਨ ਦੁਗਰੀ ਤੇ ਇਸੇ ਪਿੰਡ ਮਜਬੀਆਂ ਦੇ ਵਿਹੜੇ ਇਸਦੀ ਹੱਟੀ ਸੀ ਪਰਚੂਨ ਦੀ ਚਮਕੀਲਾ ਤੁਰਕੋਟੀ ਕੋਲ ਵਾਜਾ ਸਿੱਖਣ ਜਾਂਦਾ ਚਮਕੀਲੇ ਦਾ ਪਿਤਾ ਹਰੀ ਸਿੰਘ ਇਸਦੇ ਵਾਜੇ ਸਿੱਖਣ ਦਾ ਕਾਫੀ ਵਿਰੋਧ ਕਰਦਾ ਪਰ ਚਮਕੀਲਾ ਵਾਜਾ ਸਿੱਖਣੋਂ ਨਾ ਠੜਿਆ ਇਸ ਤਰ੍ਹਾਂ ਕਈ ਵਾਰ ਦਲਜੀਤ ਤੁਰਕੋਟੀ ਨੂੰ ਵੀ ਹਰੀ ਸਿੰਘ ਵੱਲੋਂ ਕੀਤੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਚਮਕੀਲੇ ਦਾ ਪਿਤਾ ਕਹਿੰਦਾ ਸੀ ਤੂੰ ਸਾਡੇ ਮੁੰਡੇ ਨੂੰ ਪੱਟਿਆ ਤੂੰ ਪਾਇਆ ਏ ਇਸ ਨੂੰ ਪੁੱਠੇਰਾ ਚਮਕੀਲਾ ਸਿਰੜੀ ਹੋ ਵਾਜਾ ਸਿੱਖਦਾ ਰਿਹਾ ਉਸਨੇ ਲਗਨ ਮਿਹਨਤ ਦਾ ਪੱਲਾ ਨਾ ਛੱਡਿਆ ਨਾਲ ਨਾਲ ਕਬੀਲਦਾਰੀ ਦੀ ਗੱਡੀ ਨੂੰ ਰੋੜਨ ਲਈ ਮਕਾਨ ਉਸਾਰੀ ਫੈਕਟਰੀਆਂ ਜ਼ਿਮੀਦਾਰਾਂ ਦੇ ਦਿਹਾੜੀ ਦੱਪਾ ਵੀ ਕੀਤਾ ਚੁੰਨੀਆਂ ਵੀ ਰੰਗੀਆਂ ਘਰ ਦੀਆਂ ਇਹਨਾਂ ਆਰਥਿਕ ਤੰਗੀਆਂ ਨੇ ਹੀ ਉਸਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਸੀ ਭੈਣ ਸਵਰਨ ਕੌਰ ਚਰਨ ਕੌਰ ਭਰਾ ਅਵਤਾਰ ਸਿੰਘ ਤੇ ਲਸ਼ਕਰ ਸਿੰਘ ਦੇ ਵੱਡੇ ਵੀਰ ਚਮਕੀਲੇ ਨੇ ਆਪਣੀ ਕਿਸਮਤ ਨੂੰ ਆਪ ਬਣਾਇਆ ਅੰਤਾਂ ਦੀ ਗਰੀਬੀ ਕਬੀਲਦਾਰੀ ਦਾ ਬੋਝ ਇਸਦੇ ਮੋਢਿਆਂ ਤੇ ਬਚਪਨ ਤੋਂ ਹੀ ਅੱਡ ਗਿਆ ਸੀ ਪਰ ਫਿਰ ਵੀ ਚਮਕੀਲੇ ਨੇ ਆਪਣੀ ਕਲਾ ਮੂੰਹ ਨੂੰ ਠੇਸ ਨਾ ਲੱਗਣ ਦਿੱਤੀ ਤੇ ਕੱਚ ਦੇ ਸਮਾਨ ਵਾਂਗ ਸਾਂਭ ਸਾਂਭ ਰੱਖਿਆ ਭਾਵੇਂ ਜ਼ਿਮੀਦਾਰਾਂ ਦੀਆਂ ਖੁਰਲੀਆਂ ਸਾਫ਼ ਕੀਤੀਆਂ ਲੋਕਾਂ ਦੇ ਮਹਿਲ ਉਸਾਰਦਾ ਰਿਹਾ ਢਿੱਡ ਨੂੰ ਝੋਕਾ ਦੇਣ ਲਈ ਨਿੱਕੀ ਉਮਰੇ ਮਾਂ ਖੋ ਲਈ ਰੱਬ ਨੇ ਜਿਸ ਕਰਕੇ ਵਿਆਹ ਕਰਵਾਉਣਾ ਜ਼ਰੂਰੀ ਹੋ ਗਿਆ ਸੀ ਚਮਕੀਲੇ ਦਾ ਵਿਆਹ ਪੱਖੋਵਾਲ ਦੇ ਨੇੜਲੇ ਪਿੰਡ ਨੰਗਲ ਖੁਰਦ ਲੁਧਿਆਣਾ ਵਿਖੇ ਬੀਬੀ ਗੁਰਮੇਲ ਕੌਰ ਨਾਲ ਹੋਇਆ ਘੋਰ ਸੰਘਰਸ਼ ਦੇ ਦਿਨਾਂ 'ਚ ਚਮਕੀਲੇ ਦਾ ਮਿਲਣ 26 ਜਨਵਰੀ 1977 ਨੂੰ ਕੇਸਰ ਸਿੰਘ ਟਿੱਕੀ ਨਾਲ ਗਿੱਲ ਚੌਂਕ ਲੁਧਿਆਣਾ ਵਿੱਚ ਹੋਇਆ ਉਦੋਂ ਕੇਸਰ ਸਿੰਘ ਟਿੱਕੀ ਸੁਰਿੰਦਰ ਸ਼ਿੰਦੇ ਤੇ ਸੁਰਿੰਦਰ ਸੋਨੀਆ ਦੀ ਜੋੜੀ ਨਾਲ ਢੋਲਕ ਮਾਸਟਰ ਸੀ ਤੇ ਅਮਰ ਸਿੰਘ ਚਮਕੀਲਾ ਗਾਇਕੀ ਦੇ ਖੇਤਰ ਵਿੱਚ ਉਡਾਰੀਆਂ ਲਾਉਣ ਲਈ ਪਰ ਤੋਲ ਰਿਹਾ ਸੀ ਚਮਕੀਲੇ ਨੇ ਕੇਸਰ ਸਿੰਘ ਟਿੱਕੀ ਨੂੰ ਦਿਲੀ ਇੱਛਾ ਦੱਸੀ ਤੇ ਕਿਹਾ ਮੈਂ ਸੁਰਿੰਦਰ ਸ਼ਿੰਦੇ ਜੀ ਦਾ ਸ਼ਗਿਰਦ ਪੈਣਾ ਚਾਹੁੰਦਾ ਹਾਂ ਟਿੱਕੀ ਨੇ ਸੁਰਿੰਦਰ ਸ਼ਿੰਦੇ ਨੂੰ ਬੇਨਤੀ ਕਰ ਚਮਕੀਲੇ ਨੂੰ ਸੁਰਿੰਦਰ ਸ਼ਿੰਦੇ ਦਾ ਸ਼ਗਿਰਦ ਪਵਾ ਦਿੱਤਾ ਉਹਨਾਂ ਦਿਨਾਂ 'ਚ ਸ਼ਿੰਦੇ ਕੋਲ ਦਫ਼ਤਰ ਨਹੀਂ ਸੀ ਹੁੰਦਾ ਸੁਰਿੰਦਰ ਸ਼ਿੰਦੇ ਨੂੰ ਚਮਕੀਲੇ ਨੇ ਗੀਤਕਾਰ ਹਰਦੇਵ ਦਲਗੀਰ ਉਰਫ ਦੇਵ ਥਰੀਕਿਆਂ ਵਾਲੇ ਦੀ ਕਲਾ 'ਚ ਜਨਮਿਆ ਗੀਤ ਇੱਕ ਮੁੱਠ ਹੋ ਜੋ ਛੜਿਓ
ਇਦਾਂ ਹੋਣਾ ਨਹੀਂ ਗੁਜ਼ਾਰਾ, ਤੀਵੀਆਂ ਨੇ ਹੋ ਕੇ ਇਕੱਠੀਆਂ ਕੱਲ ਟਾਲਿਆ ਛੜਾ ਕਰਤਾਰਾ। ਸੋ ਸੁਣਾ ਕੇ ਮੋਹਿਤ ਕਰ ਲਿਆ ਤੇ ਇਹੀ ਚਮਕੀਲੇ ਦੀ ਗਾਇਕੀ ਦਾ ਜਾਦੂ ਸੀ ਜੋ ਅੱਜ ਤੱਕ ਮੱਠਾ ਨਹੀਂ ਪਿਆ, ਲੋਕਾਂ ਦੇ ਸਿਰ ਚੜ ਬੋਲ ਰਿਹਾ ਹੈ। ਅੱਜ ਜ਼ਮਾਨੇ ਨੇ ਜਿੱਥੇ ਤਰੱਕੀ ਨਾਲ ਬੁਲੰਦੀਆਂ ਨੂੰ ਛੂਹਿਆ, ਉੱਥੇ ਚਮਕੀਲੇ ਦੇ ਗੀਤ ਰੀਮਿਕਸ ਹੋ ਇੰਟਰਨੈਟ, ਮੋਬਾਈਲ, ਗੱਡੀਆਂ, ਟਰੱਕਾਂ ਤੇ ਹੋਰ ਆਵਾਜਾਈ ਦੇ ਸਾਧਨਾਂ 'ਚ ਵੱਜਦੇ ਸੁਣਨੇ ਜਾ ਸਕਦੇ ਹਨ। ਉਦੋਂ ਸੁਰਿੰਦਰ ਸ਼ਿੰਦੇ ਕੋਲ ਦਫ਼ਤਰ ਨਾ ਹੋਣ ਕਰਕੇ ਚਾਹ ਦੀ ਦੁਕਾਨ ਵਾਲੇ ਪ੍ਰੀਥੀ ਦੀ ਦੁਕਾਨ ਤੇ ਇਕੱਠੇ ਹੁੰਦੇ ਸਨ। ਚਮਕੀਲਾ ਆਏ ਗਿਆਨ ਦਾ ਦੇ ਪੈਰੀ ਹੱਥ ਲਾਉਂਦਾ ਤੇ ਚਾਹ ਪਾਣੀ ਪਿਲਾਉਂਦਾ ਸੀ। ਇਸ ਸੇਵਾ ਭਾਵਨਾ ਨੂੰ ਦੇਖਦੇ ਹਾਂ, ਇੱਕ ਦਿਨ ਸੁਰਿੰਦਰ ਸ਼ਿੰਦਾ ਨੇ ਕਿਹਾ ਸੀ, ਧਨੀ ਰਾਮ ਤੈਨੂੰ ਇਹ ਕੀਤੀ ਸੇਵਾ ਦਾ ਮੇਵਾ ਜ਼ਰੂਰ ਮਿਲੇਗਾ। ਸੁਰਿੰਦਰ ਸੋਨੀਆ ਦਾ ਪਤੀ ਕਸ਼ਮੀਰੀ ਲਾਲ ਕੇਸਰ ਸਿੰਘ ਤੇ ਚਮਕੀਲੇ ਕੋਲ ਆਇਆ। ਕਸ਼ਮੀਰੀ ਲਾਲ ਨੇ ਚਮਕੀਲੇ ਤੇ ਕੇਸਰ ਸਿੰਘ ਨੂੰ ਦਾਰੂ ਪਿਲਾ ਕੇ ਕਿਹਾ, ਅਸੀਂ ਹੁਣ ਕੀ ਕਰੀਏ, ਸ਼ਿੰਦਾ ਤਾਂ ਕੈਨੇਡਾ ਜਾ ਵੜਿਆ। ਕੇਸਰ ਸਿੰਘ ਟਿੱਕੀ ਨੇ ਚਮਕੀਲੇ ਵੱਲ ਹੱਥ ਕਰਦਿਆਂ ਕਿਹਾ, ਭਾਈ ਚਮਕੀਲਾ ਤਾਂ ਹੈ, ਆਪਣੇ ਕੋਲ ਲਿਖਦਾ ਵੀ ਏ ਤੇ ਗਾਉਂਦਾ ਵੀ, ਤੁਸੀਂ ਮੰਨੋ ਇਸ ਨਾਲ ਸੈੱਟ ਬਣਾ ਕੇ ਗਾਉਣਾ ਸ਼ੁਰੂ ਕਰ ਦਿਓ। ਕੁਝ ਦਿਨਾਂ ਪਿੱਛੋਂ ਕੇਸਰ ਸਿੰਘ ਟਿੱਕੀ ਕੋਲ ਫਿਰ ਮੁੜ ਆਇਆ ਕਸ਼ਮੀਰੀ ਲਾਲ ਤੋਂ ਪੁੱਛਣ ਲੱਗਿਆ, ਇਹ ਅੰਨਦਾੜੀਆ ਜਿਹਾ ਚੱਲ ਪਊ ਮਾਰਕੀਟ 'ਚ? ਕੇਸਰ ਸਿੰਘ ਨੇ ਸਮਝਾਇਆ, ਜਦੋਂ ਇਸਦੇ ਲਿਖੇ ਗੀਤ ਜਿਨ੍ਹਾਂ ਨੂੰ ਸੁਰਿੰਦਰ ਸ਼ਿੰਦੇ ਨੇ ਗਾਇਆ ਹੈ ਉਹ ਸੁਪਰ ਹਿੱਟ ਹੋ ਗਏ ਨੇ ਤੇ ਇਹ ਕਿਉਂ ਨਹੀਂ ਚੱਲੇਗਾ? ਚਮਕੀਲੇ ਨੇ ਸੁਰਿੰਦਰ ਸੋਨੀਆ ਨਾਲ ਸੈੱਟ ਬਣਾ ਲਿਆ ਤੇ ਉਹ ਸੋਨੀਆ ਦੇ ਘਰ ਤਿਆਰੀ ਕਰਦੇ। ਇੱਕ ਦਿਨ ਕੇਸਰ ਸਿੰਘ ਨੇ ਚਮਕੀਲੇ ਨੂੰ ਗੀਤ ਦੀ ਤਰਜ ਸੁਣਾਈ, ਜਿਹੜੀ ਇਹ ਕਾਮਰੇਡਾਂ ਦੀ ਸਟੇਜ ਤੇ ਗਾਉਂਦੇ ਸਨ। ਉਹ ਗੀਤ ਸੀ ਪਖੰਡੀ ਸਾਧਾ ਸੰਤਾਂ ਦਾ, ਕਰਾਮਾਤ ਜੀ ਪੂਰੇ, ਗੁਰੂ ਜੀ ਸਾਡੇ ਕਰਾਮਾਤ ਵਿੱਚ ਪੂਰੇ। ਜਿੱਥੇ ਚਮਕੀਲੇ ਨੇ ਰਿਸ਼ਤਿਆਂ ਦੀ ਆੜ ਪਿੱਛੇ ਪੁੱਜੀ ਜਾਂਦੀ ਭੰਗ ਨੂੰ ਲੋਕਾਂ ਦੇ ਰੂਬਰੂ ਆਪਣੀ ਬੇਬਾਕੀ ਸ਼ਬਦਾਵਲੀ ਨਾਲ ਕੀਤਾ, ਜਿਸ ਨੂੰ ਕਈਆਂ ਨੇ ਅਸ਼ਲੀਲਤਾ ਦਾ ਨਾਂ ਦਿੱਤਾ, ਉਸਨੇ ਸੱਚ ਨੂੰ ਸੱਚ ਕਿਹਾ, ਉਸਨੇ ਸਾਦੇ ਸ਼ਬਦਾਂ ਨੂੰ ਚੇ ਡੂੰਘੀਆਂ ਗੱਲਾਂ ਕੀਤੀਆਂ। ਚਮਕੀਲੇ ਦੇ ਲਿਖੇ ਕੁਝ ਗੀਤਾਂ ਦੇ ਅਰਥ ਜ਼ਿਆਦਾ ਡਗਮਗਾਉਂਦੇ ਵੀ ਰਹੇ, ਜਿਸ ਨਾਲ ਉਸ ਤੇ ਲੱਗੀ ਅਸ਼ਲੀਲਤਾ ਦੀ ਮੋਹਰ ਹੋਰ ਗੂੜੀ ਹੁੰਦੀ ਰਹੀ। ਉਸਨੇ ਲੋਕ ਅਖਾਣਾਂ ਨੂੰ ਆਪਣੇ ਗੀਤਾਂ ਵਿੱਚ ਮੰਜੇ ਦੀ ਫਾਲ ਵਾਂਗ ਫਿੱਟ ਕੀਤਾ। ਆਪਣੀ ਗਾਇਕੀ ਤੇ ਗੀਤਕਾਰੀ ਆਪਣੇ ਆਪ ਨੂੰ ਇੰਨਾ ਮਸ਼ਹੂਰ ਕਰ ਲਿਆ ਕਿ ਅੱਜ ਤੱਕ ਬੱਚੇ ਬੱਚੇ ਦੀ ਜ਼ੁਬਾਨ ਤੇ ਉਸਦਾ ਗੀਤ ਗੁਣਗੁਣਾਉਂਦਾ ਜਾਂਦਾ ਹੈ। ਆਮ ਲੋਕਾਂ ਨਾਲੋਂ ਕਈ ਗਾਇਕਾਂ ਨੇ ਚਮਕੀਲੇ ਨੂੰ ਵੱਧ ਅਸ਼ਲੀਲ ਕਿਹਾ ਅਤੇ ਉਹ ਆਪ ਵੀ ਗੀਤ ਲੁਕ ਲੁਕ ਸੁਣਦੇ ਰਹੇ। ਅੱਜ ਲਗਭਗ ਉਸਦੇ ਗੀਤਾਂ ਦੀਆਂ ਤਰਜ਼ਾਂ ਤੇ ਗੀਤ ਲਿਖੇ ਜਾਂਦੇ ਤੇ ਗਾਏ ਜਾ ਰਹੇ ਹਨ। ਚਮਕੀਲੇ ਦੇ ਗੀਤਾਂ ਦੀਆਂ ਤਰਜ਼ਾਂ ਤੇ ਬੋਲ ਲੋਕ ਮਨਾਂ ਵਿੱਚ ਰੱਬ ਦੇ ਨਾਂ ਵਾਂਗ ਵਸੀਆਂ ਹੋਈਆਂ ਹਨ, ਕਿਉਂਕਿ ਚਮਕੀਲੇ ਦੇ ਹਰ ਗੀਤ ਵਿੱਚੋਂ ਰਿਸ਼ਤੇ ਤੇ ਸੱਭਿਆਚਾਰ ਤੇ ਮਾਲਵੇ ਦੇ ਅਖਾਣਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਉਹ ਖਾਂਦੇ ਪੀਂਦਿਆਂ ਨੂੰ ਦੇਖ ਕੇ ਨਾ ਸੜੀਏ, ਆਂਡ ਤੇ ਗੁਆਂਡ ਜੇ ਕਦੇ ਨਾ ਲੜੀਏ, ਵੈਰੀ ਕਰੇ ਜਾ ਕੇ ਵੀ ਕਦੇ ਨਾ ਖਾਈਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਜੋ ਕਿ ਇੱਕ ਅਟਲ ਸੱਚਾਈ ਹੈ। ਹਰ ਸ਼ਬਦ ਚੋਂ ਰਿਸ਼ਤਾ ਤੇ ਸੱਭਿਆਚਾਰ ਠਾਠਾ ਮਾਰਦਾ ਹੈ ਚਮਕੀਲੇ ਦੇ ਗੀਤ। ਅੱਜ ਮੋਬਾਈਲਾਂ ਦੀ ਹੈਲੋ ਟੋਨ ਤੇ ਮੋਬਾਈਲਾਂ, ਗੱਡੀਆਂ, ਇੰਟਰਨੈਟ, ਡੀਜੇ ਤੇ ਰੱਜ ਕੇ ਸੁਣੇ ਜਾਂਦੇ ਹਨ। ਉਸਦਾ ਹਰ ਗੀਤ ਲੋਕਾਂ ਦੀ ਜ਼ੁਬਾਨ ਤੇ ਇੰਜ ਚੜਿਆ ਹੋਇਆ ਜਿਵੇਂ ਸਕੂਲੀ ਬੱਚਿਆਂ ਨੂੰ ਮੁਹਾਰਨੀ ਚੇਤੇ ਹੁੰਦੀ ਹੈ। ਇਹ ਗੀਤ ਵਿਆਹਾਂ ਜਾਂ ਅੱਜ ਵੀ ਵੱਜਦਾ ਸੁਣਿਆ ਜਾ ਸਕਦਾ ਹੈ। ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ ਨਾਲ ਅੰਦਰ। ਸੋ ਦੋਸਤੋ, ਇਸੇ ਤਰ੍ਹਾਂ ਤੁਹਾਨੂੰ ਸਮੇਂ ਸਮੇਂ ਦੇ ਉੱਤੇ ਪੰਜਾਬੀ ਕਲਾਕਾਰੀ ਤੇ ਪੰਜਾਬ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਤੁਹਾਨੂੰ ਸਮੇਂ ਸਮੇਂ ਦੇ ਉੱਤੇ ਅਸੀਂ ਵੱਖ ਵੱਖ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਅਸੀਂ ਸਮੇਂ ਸਮੇਂ ਦੇ ਉੱਤੇ ਅਪਡੇਟ, ਲੇਟੈਸਟ ਅਪਡੇਟ ਦਿੰਦੇ ਰਹੀਏ। ਹੁਣ ਲਈ ਦਿਓ ਇਜਾਜ਼ਤ, ਧੰਨਵਾਦ।